दादगुरु जी तो मैं साढ़े गुरु जी बंत बाबा जी बनासी दास वालों हसन गुरु गद्दी वालों इन्हों गद्दी मिली गई थी। उस तो बाद गद्दी अपने लगे जी इन्होंने लगे बेटा नहीं जाना फिर उस तो बाद गद्दी अपने किमें पाए किया जाता कि मेरी चौंकी किमें लगाई जाती है इतने जी अपने हर गल का पाए किया जाता गा जिमें किसी लेडिस डॉक्टर ने मना करता जी थोड़ा बच्चा नहीं होंगे इतने
ਜ਼ਿੰਮੇਵਾਰੀ ਨਾਲ ਬਾਗ ਵਾਲੇ ਪੇੜ ਤੋਂ ਥਾਪਣਾ ਦਿੱਤੀ ਜਾਂਦੀ ਹੈ ਅਤੇ ਬੱਚੇ ਮਿਲ ਜਾਂਦੇ। ਕਿਵੇਂ ਪਾਏ ਕਿਵੇਂ ਹੁੰਦਾ ਚੌਂਕੀ ਲੱਗਦੀ ਹੈ ਕੀ ਹੁੰਦਾ ਜੀ? ਆਪਣੇ ਗੱਡੀ 'ਤੇ ਆਉਂਦੇ ਆ ਬੰਦੇ, ਚਾਰ ਚੌਂਕੀਆਂ ਦੇ ਵਿੱਚ ਕੰਮ ਨਿਬੜ ਜਾਂਦਾ, ਚੌਂਕੀ ਭਰਨੀ ਪੈਂਦੀ ਹੈ ਚਾਰ ਚੌਂਕੀਆਂ। ਉਸ ਤੋਂ ਬਾਅਦ ਪੀਰ ਸਾਹਿਬ ਨੇ ਆਪਣਾ ਜਾਗਰਣ ਲੈਣਾ ਹੁੰਦਾ ਗਾ, ਜਿਵੇਂ ਆਪਾਂ ਦੁਰਗਾ ਮਾਤਾ ਜਾਗਰਣ ਕਰਦੇ ਹਾਂ ਉਵੇਂ ਆਪਣੇ ਘਰਾਂ ਦੇ ਵਿੱਚ ਰਾਜ ਜਗ੍ਹਾ ਲੈਂਦੇ ਆ ਪੀਰ ਸਾਹਿਬ ਬਾਗੜ ਵਾਲੇ ਪੀਰ। ਠੀਕ ਹੈ ਜੀ, ਇਹਨਾਂ ਦੀ ਕਿਰਪਾ ਗਈ ਸਿਰ 'ਤੇ। ਬਾਕੀ ਦੂਜੇ ਨੰਬਰ 'ਤੇ ਗੱਲ ਆ ਰਹੀ ਹੈਗੀ ਆ ਭਾਅ ਜੀ, ਇੱਥੇ ਨਾ ਇਹ ਆਪਾਂ ਅਪਾਏ ਕਰਦੇ ਹਾਂ, ਅਪਾਏ ਦੇ ਮਤਲਬ ਇਹ ਹੁੰਦਾ ਗਾ ਕਿ ਬੰਦੇ ਨੂੰ ਅਸੀਂ ਤਾਂ ਆਪਣੇ ਦਿਲ ਤੋਂ ਕਰਾਂਗੇ, ਮਨ ਤੋਂ ਕਰਾਂਗੇ, ਅਸੀਂ ਆਪਣੇ ਪੀਰ ਸਾਹਿਬ ਤੋਂ ਕੰਮ ਕਰਵਾਵਾਂਗੇ ਕਿ ਉਹਨਾਂ ਨੂੰ ਵੀ ਵਿਸ਼ਵਾਸ ਕਰਨਾ ਪਏਗਾ ਕਿ ਆਪਾਂ ਕਹਿੰਦਾ ਵਿਸ਼ਵਾਸ ਕਰਾਂਗੇ 12 ਸਾਲ ਦੇ ਟੂਰੀ ਨੂੰ ਹੀ ਭਾਗ ਜਾਵਾਂਗੇ, ਹੈ ਨਾ ਜੀ? ਇਸ ਕਰਕੇ ਆਪਾਂ ਇਹੀ ਕਹਿੰਦੇ ਕਿ ਇੱਕ ਵਾਰੀ ਜ਼ਰੂਰ ਆਓ, ਤੁਸੀਂ ਇੰਨੀ ਜਗ੍ਹਾ ਗਏ ਹੋ, ਇੱਥੇ ਵੀ ਇੱਕ ਵਾਰੀ ਜ਼ਰੂਰ ਆ ਕੇ ਜਾਓ ਸਾਡੇ ਲਵੇ, ਇੱਥੇ ਹੋਰ ਕੰਮ ਹੁੰਦੇ ਆ। ਕੋਈ ਲਾਗਤ ਵਗੈਰਾ ਖਰਚਾ ਵਗੈਰਾ, ਜਿਵੇਂ ਕਈ ਬੰਦੇ ਆਉਂਦੇ ਗਰੀਬ ਕਰਦੇ ਪੈਸੇ ਤੋਂ ਡਰਦੇ, ਮਤਲਬ ਖਰਚਾ ਜ਼ਿਆਦਾ ਹੋਊਗਾ? ਗਰੀਬ ਘਰ ਦਾ ਇਹ ਗੱਲ ਹੈ ਜੀ, ਗਰੀਬ ਘਰ ਤਾਂ ਫ੍ਰੀ ਹੋ ਜਾਂਦਾ, ਕੋਈ ਬੰਦਾ ਫ੍ਰੀ ਆ ਅਤੇ ਬੰਦਾ ਆ ਕੇ ਚੌਂਕੀ ਭਰੇਗਾ ਔਰ ਫਿਰ ਕੰਮ ਕਰ ਹੀ ਦੇਣਾ। ਜਿਵੇਂ ਆਪਾਂ ਮਾੜਾ ਮੋਟਾ ਕੋਈ ਉਪਾਏ ਹੁੰਦਾ ਉਹ ਜ਼ਰੂਰ ਹੋਏਗਾ, ਉਹ ਗੱਡੀ ਤਾਂ ਹੋਏਗਾ ਹੀ ਹੋਏਗਾ ਜੀ, ਉਹ ਜਿੱਥੇ ਵੀ ਆਪਾਂ ਜਾਵਾਂਗੇ ਉਪਾਏ ਕਰਨਾ ਹੀ ਪਏਗਾ, ਉਹ ਤਾਂ ਹੋਏਗਾ। ਜੇ ਬੰਦੇ ਦਾ ਕੰਮ ਇਹ ਹੈ ਪਹਿਲੀ ਚੌਂਕੀ 'ਤੇ ਹੋ ਗਿਆ, ਦੂਜੀ ਚੌਂਕੀ 'ਤੇ ਕੰਮ ਫਤੇ ਆ, ਬੰਦੇ ਦੇ ਮਨ 'ਚ ਵਿਸ਼ਵਾਸ ਹੋਣਾ ਚਾਹੀਦਾ। ਚੌਂਕੀ ਉਰੇ ਹੁੰਦਾ ਕੀ ਵੈਸੇ? ਉਰੇ ਚੌਂਕੀ 'ਤੇ ਹੀ ਐਵੇਂ ਲੋਕ ਆਉਂਦੇ ਆ, ਕਿਸੇ ਦਾ ਅੰਗ ਖੜ ਗਿਆ ਹੱਥ ਪੈਰ ਖੜ ਗਏ, ਕਿਸੇ ਦਾ ਹੱਥ ਪੈਰ ਮੁੜ ਗਿਆ, ਕਿਸੇ ਨੂੰ ਕਸਰ ਹੁੰਦੀ ਆ, ਕਸਰ ਹੁੰਦੇ ਆ, ਲੋਕ ਮਹਿੰਦੀਪੁਰ ਤੱਕ ਜਾ ਜਾਂਦੇ ਆ, ਵੱਡੀ ਦੇ ਵੱਡੇ ਸਥਾਨ ਤੱਕ ਜਾ ਜਾਂਦੇ ਆ ਕਿ ਠੀਕ ਨਹੀਂ ਹੋ ਕੇ ਆਉਂਦੇ ਹੈਗੇ, ਢੋਲੀ ਤਾਰ ਦੇ ਰਸਾ ਬਾਬਾ ਵਪਾਰ ਸਿੰਘ ਹਰ ਜਗ੍ਹਾ ਜਾ ਜਾਂਦੇ ਆ, ਉੱਥੇ ਠੀਕ ਨਹੀਂ ਹੁੰਦੇ ਹੈਗੇ ਕਿ ਇੱਥੇ ਆ ਕੇ ਗੱਡੀ 'ਤੇ ਠੀਕ ਹੁੰਦੇ ਆ। ਬਾਕੀ ਆਪਣੀ ਵੀਡੀਓ ਚੱਲਦੀ ਆ, ਤੁਹਾਨੂੰ ਬਾਬਾ ਜੀ ਚੈਨਲ 'ਤੇ ਸਰਚ ਮਾਰ ਕੇ ਦੇਖ ਸਕਦੇ ਹਾਂ। ਚੌਂਕੀ ਸੀਗੇ, ਚੌਂਕੀ ਭਰ ਕੇ ਉਰੇ ਬਹਿ ਕੇ ਕਰਨਾ ਕੁਛ ਕਰਨਾ ਹੁੰਦਾ ਜਾਂ ਸਿੰਪਲ ਆ ਕੇ ਬਹਿਣਾ ਹੁੰਦਾ ਜੀ? ਇੱਥੇ ਆ ਕੇ ਬੈਠਣਾ ਪਏਗਾ ਚੌਂਕੀ ਭਰ। ਬਾਬਾ ਜੀ ਦੀ ਸਵਾਰੀ ਆਏਗੀ 12 ਵਜੇ, ਬਾਬਾ ਜੀ ਨੇ ਦੱਸਣਾ ਇਹਨਾਂ ਦੇ ਘਰ ਦੇ ਵਿੱਚ ਜੇ ਵਜਾ ਕਿ ਇਹਨਾਂ ਨੇ ਕੋਈ ਵੱਡਾ ਵੱਡ ਵਡੇਰਾ ਕੋਈ ਪਾਹਾ ਲਾ ਕੇ ਮਰਿਆ ਹੋਇਆ। 12 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਚੌਂਕੀ ਲੱਗ। ਕਿੰਨੇ ਕੁ ਸੰਗਤ ਆ ਜਾਂਦੀ ਉਰੇ? ਪੂਰੇ ਸੰਗਤ ਜੀ, ਆਪਾਂ ਕਹਿ ਨਹੀਂ ਸਕਦੇ, ਸੰਗਤ ਵੱਧ ਜਾਂਦੀ ਆ। 100 ਬੰਦਾ ਆ ਗਿਆ, 150 ਬੰਦਾ ਆ ਗਿਆ, 200 ਆ ਗਿਆ, 300 ਆ ਗਿਆ। ਬਾਕੀ ਆਪਾਂ ਪਿਛਲਾ 15 ਤਰੀਕ ਨੂੰ ਬਾਗੜ ਦੇ ਸੀ ਜਾਣਾ ਗਾ, ਅਤੇ ਇੱਥੇ ਆਪਾਂ ਬੱਸਾਂ ਲੈ ਕੇ ਜਾ ਰਹੇ ਹਾਂ ਬਾਗੜ ਦੇ ਸੀ ਵਿੱਚ, ਕਿ ਹੋਰ ਲੈਂਦੇ ਆ ਪੈਸੇ ਲੈਂਦੇ ਆ, ਹੋਰ ਬੰਦੇ ਜਾਂਦੇ ਆ ਬੱਸ। ਇਸ ਪੀਰ ਸਾਹਿਬ ਦੇ ਵੱਲੋਂ ਸਾਡੀ ਇੱਕ ਆਵਾਜ਼ ਆ, ਇਸ ਵਾਰੀ ਪੀਰ ਸਾਹਿਬ ਨੇ ਆਵਾਜ਼ ਦਿੱਤੀ ਭਾਈ ਤੁਸੀਂ ਬੱਸ ਲੈ ਕੇ ਜਾਣੀ ਆ, ਤੁਸੀਂ ਬੰਦੇ ਨੂੰ ਕੋਈ ਪੈਸਾ ਨਹੀਂ ਲੈਣਾ, ਅਸੀਂ ਫਿਰ ਵੀ ਵਾਲੇ ਨੂੰ ਲੰਗਰ ਪਰਚੀ ਲੈਣਾ 300 ਰੁਪਏ, ਬੱਸਾਂ ਲੈ ਕੇ ਜਾਣੇ ਆਪਾਂ 2। ਅਸੀਂ ਕਹਿੰਦੇ ਜਿਸ ਬੰਦੇ ਨੇ ਫ੍ਰੀ ਜਾਣਾ ਫ੍ਰੀ ਵੀ ਲੈ ਕੇ ਜਾਵਾਂਗੇ, ਸਾਡੇ ਲਈ ਜ਼ਰੂਰ ਪਹੁੰਚੋ।